ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਕਲਾਸ 12th ਦੇ ਲਈ ਪਲੱਸ 2 ਦੇ ਲਈ ਜਿਹੜੇ ਕਿ ਪੋਲੀਟੀਕਲ ਸਾਇੰਸ ਪੋਲ ਸਾਇੰਸ ਦਾ ਸਿਲੇਬਸ ਲੈ ਕੇ ਆਇਆ ਜੋ ਤੁਹਾਡੇ ਨਵੰਬਰ ਇਗਜ਼ਾਮ ਦੇ ਵਿੱਚ ਆਉਣਾ ਤਾਂ ਸਿਲੇਬਸ ਹੈ ਸਤੰਬਰ ਤੇ ਅਕਤੂਬਰ ਵਾਲਾ ਜੋ ਤੁਹਾਡੇ ਇਗਜ਼ਾਮ ਦੇ ਵਿੱਚ ਆਉਣਾ ਨਵੰਬਰ ਤੇ ਦਸੰਬਰ ਦਾ ਇਕੱਠਾ ਸਿਲੇਬਸ ਆ ਸੋ ਸਤੰਬਰ ਅਕਤੂਬਰ ਵਾਲਾ ਸਿਲੇਬਸ ਹੀ ਜਿਹੜੇ ਕਿ ਆਉਣ ਦੇ ਫੁੱਲ ਚਾਂਸਸ ਨੇ ਜੋ ਤੁਹਾਡੇ ਨਵੰਬਰ ਦੇ ਵਿੱਚ 26 ਨਵੰਬਰ ਤੋਂ ਇਗਜ਼ਾਮ ਸਟਾਰਟ ਹੋਣ ਜਾ ਰਹੇ ਨੇ ਇਸ ਦੇ ਵਿੱਚ ਚੈਪਟਰ ਹੈ ਨੌਕਰਸ਼ਾਹੀ ਲੋਕਮਤ ਸ਼ਹਿਰੀ ਲੋਕਤੰਤਰ ਤੇ ਸਥਾਨਿਕ ਸੰਸਥਾਵਾਂ ਭਾਰਤ ਵਿੱਚ ਦਲ ਪ੍ਰਣਾਲੀ ਦਾ ਸਰੂਪ ਤੇ ਭਾਰਤ ਦੇ ਵਿੱਚ ਰਾਜਨੀਤਿਕ ਦਲ ਅਤੇ ਨੀਤੀਆਂ ਤੇ ਪ੍ਰੋਗਰਾਮ ਇਹ ਵਾਲਾ ਜਿਹੜਾ ਕਿ ਤੁਹਾਡੇ ਚੈਪਟਰ ਨੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਕਿਉਂਕਿ ਹੁਣ ਇਹਨਾਂ ਇੰਗਲਿਸ਼ ਦੀ ਆਲਰੇਡੀ ਸਾਰੀ ਤਿਆਰੀ ਹੋ ਚੁੱਕੀ ਹੈ ਚੈਨਲ ਤੇ ਕਰਵਾ ਚੁੱਕੇ ਹਾਂ ਜੇ ਤੁਸੀਂ ਨਹੀਂ ਵੀਡੀਓਜ਼ ਦੇਖੀਆਂ ਤਾਂ ਉਹਨਾਂ ਨੂੰ ਜਰੂਰ ਵਾਚ ਕਰੋ ਇੰਗਲਿਸ਼ ਤੇ ਪੰਜਾਬੀ ਕੰਪਲਸਰੀ ਉਸ ਤੋਂ ਬਾਅਦ ਹਿਸਟਰੀ ਐਂਡ ਪੋਲੀਟੀਕਲ ਸਾਇੰਸ ਤੇ ਪੰਜਾਬੀ ਲਿਟਰੇਚਰ ਦੀ ਜਿਹੜੀ ਕਿ ਆਪਾਂ ਤਿਆਰੀ ਸਟਾਰਟ ਕਰਾਂਗੇ ਸੋ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਦੂਜੇ ਸਟੂਡੈਂਟਸ ਦੇ ਨਾਲ ਜਿਹੜੇ ਕਿ ਸ਼ੇਅਰ ਕਰੋ ਥੈਂਕਸ